ਆਉਣ ਵਾਲੀ 23 ਜੁਲਾਈ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੀ ਗੁਰਬਾਣੀ, ਜਿਹਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਇੱਕ ਪੋਲੀਟੀਕਲ ਫੈਮਿਲੀ ਦੇ ਪ੍ਰਾਈਵੇਟ ਚੈਨਲ ਕੋ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਸੀ ਲੰਬੇ ਸਮੇਂ ਤੋਂ, ਸੰਗਤਾਂ ਦੇ ਵੱਡੇ ਲੈਵਲ 'ਤੇ ਵਿਰੋਧ ਕਾਰਨ 23 ਜੁਲਾਈ ਨੂੰ ਉਹਨਾਂ ਦਾ ਕੰਟਰੈਕਟ ਜਿਹੜਾ ਹੈ ਖਤਮ ਹੋ ਰਿਹਾ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰਬਾਣੀ, ਸਰਬ ਸਾਂਝੀ ਗੁਰਬਾਣੀ, ਸਰਬਤ ਦੇ ਭਲੇ ਦੀ ਗੱਲ ਕਰਨ ਵਾਲੀ ਗੁਰੂਆਂ ਦੀ ਬਾਣੀ ਜਿਹੜੀ ਹੈ, ਉਹਦਾ ਦੁਨੀਆ ਭਰ 'ਚ ਪ੍ਰਸਾਰ ਨੂੰ ਲੈ ਕੇ ਫਰੀ ਆਫ ਕੋਸਟ ਹੋਵੇ, ਫਰੀ ਟੂ ਏਅਰ ਹੋਵੇ, ਇਹਨੂੰ ਲੈ ਕੇ ਪਿਛਲੇ ਦਿਨਾਂ 'ਚ ਮਾਨ ਸਾਹਿਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਅਮੈਂਡਮੈਂਟ ਬਿੱਲ ਜਿਹੜਾ ਆ ਵਿਧਾਨ ਸਭਾ 'ਚ ਪਾਸ ਕੀਤਾ ਸੀ, ਜਿਹਦੇ ਆਧਾਰ 'ਤੇ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ, ਇਹਦੇ 'ਤੇ ਕਿਸੇ ਇੱਕ ਪਰਟੀਕੁਲਰ ਚੈਨਲ ਦੇ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਨਹੀਂ ਹੋਣੇ ਚਾਹੀਦੇ। ਫਰੀ ਟੂ ਏਅਰ ਹੋਣੀ ਚਾਹੀਦੀ, ਫਰੀ ਆਫ ਕੋਸਟ ਹੋਣੀ ਚਾਹੀਦੀ, ਔਰ ਸਭ ਤੋਂ ਜ਼ਰੂਰੀ, ਦੁਨੀਆ ਦੇ ਕੋਨੇ ਕੋਨੇ 'ਤੇ ਇੱਕ ਗੁਰਬਾਣੀ ਪਹੁੰਚੇ। ਇਹਨੂੰ ਲੈ ਕੇ ਇੱਕ ਬਿੱਲ ਵੀ ਪਾਸ ਹੋਇਆ। ਇਸ ਤੋਂ ਪਹਿਲਾਂ, ਇੱਕ ਸਾਲ ਪਹਿਲਾਂ, ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰੀ ਜਥੇਦਾਰ ਸਾਹਿਬ ਦਾ ਵੀ ਆਦੇਸ਼ ਹੋਇਆ ਸੀ ਕਿ SGPC ਆਪਣਾ ਇੱਕ ਚੈਨਲ ਬਣਾਵੇ ਔਰ ਬਾਦਲ ਪਰਿਵਾਰ ਦੇ ਇੱਕ ਚੈਨਲ ਤੋਂ ਇਹਦਾ ਅਧਿਕਾਰ ਜਿਹੜਾ ਹੈ, ਜਿਹੜਾ ਕਬਜ਼ਾ ਕੀਤਾ ਹੈ ਗੁਰਬਾਣੀ ਦੇ ਪ੍ਰਸਾਰਣ ਲੈ ਕੇ, ਉਹ ਖਤਮ ਹੋਣਾ ਚਾਹੀਦਾ। ਨਾ ਤਾਂ ਜਥੇਦਾਰ ਸਾਹਿਬ ਦੇ ਉਸ ਆਦੇਸ਼ ਦਾ ਪਾਲਣ ਹੋਇਆ, ਨਾ SGPC ਨੇ ਆਪਣਾ ਕੋਈ ਚੈਨਲ ਬਣਾਇਆ। ਹੁਣ ਜਦੋਂ ਸਰਕਾਰ ਨੇ ਕਾਨੂੰਨ ਬਣਾਇਆ ਹੈ ਔਰ ਕਾਨੂੰਨ ਜਿਹੜਾ ਆ ਗਵਰਨਰ ਦੇ ਅਪਰੂਵਲ ਵਾਸਤੇ ਭੇਜਿਆ ਹੋਇਆ, ਇਨ ਬਿਟਵੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ 'ਚ ਅਨਾਊਂਸਮੈਂਟ ਕੀਤੀ ਕਿ 23 ਜੁਲਾਈ ਤੋਂ SGPC ਇੱਕ ਯੂਟਿਊਬ ਚੈਨਲ ਦੇ ਰਾਹੀਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਜਿਹੜਾ ਇੰਤਜ਼ਾਮ ਕਰੂਗੀ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਥੇਦਾਰ ਸਾਹਿਬ ਨੇ ਬੇਨਤੀ ਕੀਤੀ, ਇੱਕ ਵਾਰ ਫਿਰ ਜਿਹੜੇ ਨਵੇਂ ਜਥੇਦਾਰ ਨਿਯੁਕਤ ਹੋਏ ਆ ਗਿਆਨੀ ਰਘਵੀਰ ਸਿੰਘ ਜੀ ਹੋਣਾ ਨੇ, ਕਿ ਕਿਉਂ ਨਾ ਜਦੋਂ ਤੱਕ ਸੈਟੇਲਾਈਟ ਚੈਨਲ SGPC ਨਹੀਂ ਬਣਾ ਲੈਂਦੀ ਅਤੇ ਇਹਦੇ ਜਿਹੜੇ ਅਧਿਕਾਰ ਹੈ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਪ੍ਰਾਈਵੇਟ ਚੈਨਲਾਂ ਨੂੰ ਦੇ ਦਿੱਤੇ ਜਾਣ। ਹੁਣ ਜਿਹੜਾ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ, SGPC ਨੇ ਅੱਜ ਪ੍ਰੈਸ ਕਾਨਫਰੰਸ ਦੇ ਰਾਹੀਂ, ਉਹ ਪੰਜਾਬੀ 'ਚ ਇੱਕ ਗੱਲ ਕਹਿੰਦੇ ਆ ਵੀ ਪੰਚਾਇਤ ਦਾ ਕਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। SGPC ਨੇ ਅੱਜ ਫਿਰ ਇਹ ਕਹਿਤਾ ਕਿ ਜਿੰਨਾ ਚਿਰ ਸੈਟੇਲਾਈਟ ਚੈਨਲ ਨਹੀਂ ਬਣਦਾ, ਸ਼੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਅਧਿਕਾਰ PTC ਕੋ ਹੀ ਰਹੂਗਾ ਅਣਮਿੱਥੇ ਸਮੇਂ ਲਈ। ਦੂਜੇ ਪਾਸੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਫਿਰ ਅਪੀਲ ਕੀਤੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਜੇ ਤੁਹਾਡੇ ਕੋਲ ਇੰਤਜ਼ਾਮ ਨਹੀਂ ਹੋ ਸਕਦਾ ਤਾਂ ਸਰਕਾਰ ਸੇਵਾ ਕਰਨ ਨੂੰ ਤਿਆਰ ਹੈ, ਵਿਦਇਨ 24 ਆਵਰਸ 24 ਘੰਟਿਆਂ ਦੇ ਅੰਦਰ ਅੰਦਰ ਸਰਕਾਰ ਇਹ ਇੰਤਜ਼ਾਮ ਕਰ ਸਕਦੀ ਹੈ, ਸੇਵਾ ਲੈ ਸਕਦੀ ਹੈ ਕਿ ਸਾਰੇ ਚੈਨਲਾਂ 'ਤੇ
ਫਰੀ ਟੂ ਏਅਰ ਜਿਹੜਾ ਹੈ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦੁਨੀਆ ਭਰ 'ਚ ਹੋ ਸਕਦਾ ਹੈ, ਔਰ ਇਹਦੇ 'ਤੇ ਜਿਹੜੀ ਮਰਿਆਦਾ ਹੈ ਉਹ ਲਾਗੂ ਕਰਕੇ। ਇਸ ਦੇ ਬਾਵਜੂਦ ਵੀ SGPC ਦੀ ਕੀ ਮਜਬੂਰੀ ਹੈ ਕਿ ਅੱਜ ਜਦੋਂ ਉਹਨਾਂ ਕੋਲ ਇੱਕ ਸਾਲ 'ਚ ਜਿਹੜਾ ਪਹਿਲੀ ਗੱਲ ਤਾਂ ਸੈਟੇਲਾਈਟ ਚੈਨਲ ਨਹੀਂ ਬਣਿਆ, ਆਪਣਾ ਚੈਨਲ ਨਹੀਂ ਬਣਿਆ, ਹੁਣ ਜਦੋਂ ਪਿਛਲੇ ਦਿਨਾਂ 'ਚ ਆਪ ਕਿਹਾ ਕਿ ਅਸੀਂ ਯੂਟਿਊਬ ਚੈਨਲ ਬਣਾ ਕੇ ਪ੍ਰਚਾਰ ਪ੍ਰਸਾਰ ਕਰਾਂਗੇ, ਉਸ ਦੇ ਬਾਵਜੂਦ ਹੁਣ ਕਹਿ ਰਹੇ ਆ ਕਿ ਜਿੰਨਾ ਚਿਰ SGPC ਦਾ ਸੈਟੇਲਾਈਟ ਚੈਨਲ ਹੋਣ 'ਚ ਨਹੀਂ ਆਉਂਦਾ, PTC ਕੋ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਅਧਿਕਾਰ ਰਹਿਣਗੇ ਅਣਮਿੱਥੇ ਸਮੇਂ ਲਈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਤਾਂ ਇਹ ਹੋਇਆ ਕਿ ਜਿਸ ਬਾਦਲ ਪਰਿਵਾਰ ਨੇ ਪਿਛਲੇ ਲੰਮੇ ਸਮੇਂ ਤੋਂ ਨਾ ਸਿਰਫ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ 'ਤੇ ਕਬਜ਼ਾ ਕੀਤਾ ਬਲਕਿ ਆਪਣੇ ਇਕਨੋਮਿਕ ਔਰ ਪੋਲੀਟੀਕਲ ਇੰਟਰਸਟ ਵੀ ਜਿਹੜੇ ਆ ਪ੍ਰੋਟੈਕਟ ਕੀਤੇ ਆ, SGPC ਦੀ ਕੀ ਮਜਬੂਰੀ ਆ ਕਿ ਅੱਜ ਫਿਰ ਉਹਨਾਂ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ SGPC ਅੱਗੇ ਆ ਗਈ। SGPC ਕੋਲ ਅੱਜ ਇੱਕ ਐਡਾ ਵੱਡਾ ਮੌਕਾ ਸੀ ਜਦੋਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਫਰੀ ਟੂ ਏਅਰ ਹੋਵੇ, ਫਰੀ ਆਫ ਕੋਸਟ ਹੋਵੇ, ਔਰ ਇਨਕਲੂਡਿੰਗ PTC ਵੀ ਉਹਨੂੰ ਜਾਰੀ ਕਰੇ। ਅਸੀਂ PTC ਨੂੰ ਐਕਸਕਲੂਡ ਨਹੀਂ ਕੀਤਾ, ਇਨਕਲੂਡਿੰਗ PTC ਵੀ ਪ੍ਰਚਾਰ ਪ੍ਰਸਾਰ ਕਰੇ, ਬਾਕੀ ਚੈਨਲ ਵੀ ਕਰਨ। SGPC ਦੀ ਕੀ ਮਜਬੂਰੀ ਆ ਕਿ ਫਿਰ ਉਸੇ ਹੀ ਚੈਨਲ ਦੇ ਇੰਟਰਸਟ ਜਿਹੜੇ ਆ ਪ੍ਰੋਟੈਕਟ ਕੀਤੇ ਜਾ ਰਹੇ। ਮੰਨ ਲਓ ਕਿ ਤੁਹਾਡਾ ਸੈਟੇਲਾਈਟ ਚੈਨਲ ਹਜੇ ਹੋਣ 'ਚ ਨਹੀਂ ਆਇਆ ਅਤੇ ਤੁਹਾਡੇ ਕੋਲ ਕਿੱਡਾ ਵਧੀਆ ਮੌਕਾ SGPC ਕੋਲ ਕਿ ਸਾਰੇ ਚੈਨਲਾਂ ਨੂੰ ਅਧਿਕਾਰ ਦੇ ਦਿਓ, ਸਾਰੇ ਚੈਨਲਾਂ ਨੂੰ ਦੇ ਦਿਓ, ਔਰ SGPC ਦੀ ਅਟੋਨਮੀ ਮਜ਼ਬੂਤ ਹੁੰਦੀ ਆ। ਜਿਹੜਾ ਵਾਰ ਵਾਰ ਉਹਨਾਂ 'ਤੇ ਇਸ ਗੱਲ ਦਾ ਹਮੇਸ਼ਾ ਇਸ ਗੱਲ ਦਾ ਪ੍ਰਚਾਰ ਹੁੰਦਾ ਹੈ ਕਿ SGPC ਇੱਕ ਪਰਿਵਾਰ ਦੇ ਕਹਿਣ 'ਤੇ ਚੱਲਦੀ ਆ, ਉਸ ਨੈਗੇਟਿਵਿਟੀ ਤੋਂ ਉੱਭਰਨ ਦਾ ਟਾਈਮ ਵੀ SGPC ਕੋਲ ਸੀ, ਆਪਣੀ ਅਟੋਨਮੀ ਨੂੰ ਮਜ਼ਬੂਤ ਕਰਨ ਦਾ ਵੀ ਮੌਕਾ ਸੀ, ਔਰ ਸਾਰੇ ਚੈਨਲਾਂ ਨੂੰ ਜਿੰਨਾ ਚਿਰ ਸੈਟੇਲਾਈਟ ਚੈਨਲ SGPC ਦਾ ਨਹੀਂ ਬਣਦਾ, ਕਿੱਡਾ ਵਧੀਆ ਮੌਕਾ ਸੀ ਸਾਰਿਆਂ 'ਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋਵੇ। ਲੇਕਿਨ ਜਿਸ ਤਰੀਕੇ ਨਾਲ SGPC ਦੇ ਅੱਜ ਜਿਹੜੇ ਜਨਰਲ ਸੈਕਟਰੀ ਹੈ ਗਰੇਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਖੇ ਜੀ ਅਸੀਂ PTC ਨੂੰ ਹੀ ਅਣਮਿੱਥੇ ਸਮੇਂ ਲਈ ਅਧਿਕਾਰ ਦੇ ਰਹੇ, ਬਹੁਤ ਮੰਦਭਾਗਾ ਆ, ਸੰਗਤਾਂ ਦੀਆਂ ਕਰੋੜਾਂ ਕਰੋੜਾਂ ਸੰਗਤਾਂ ਦੀਆਂ ਜਿਹੜੀਆਂ ਭਾਵਨਾ ਉਹਨਾਂ ਦੇ ਖਿਲਾਫ਼, ਔਰ ਫਿਰ ਇੱਕ ਵਾਰ ਇੱਕ ਪਰਿਵਾਰ ਦੀ, ਇੱਕ ਪਰਿਵਾਰ ਦੇ TV ਚੈਨਲ ਦੀ ਉਸ ਹੋਂਦ ਨੂੰ ਬਚਾਉਣ ਵਾਸਤੇ SGPC ਸਾਹਮਣੇ ਆਈ ਆ, ਨਾ ਕਿ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਵਾਸਤੇ। ਪੰਜਾਬ ਦੇ ਮੁੱਖ ਮੰਤਰੀ ਜੀ ਨੇ ਅੱਜ ਇਸ ਗੱਲ ਨੂੰ ਲੈ ਕੇ ਟਵੀਟ ਵੀ ਕੀਤਾ, ਬੇਨਤੀ ਕੀਤੀ ਕਿ ਜੇ ਤੁਹਾਡੇ ਹਜੇ ਵੀ ਇੰਤਜ਼ਾਮ ਨਹੀਂ ਆ ਤਾਂ ਅਸੀਂ ਇਹ ਸੇਵਾ ਲੈਣ ਨੂੰ ਤਿਆਰ ਹੈ। 24 ਘੰਟਿਆਂ 'ਚ ਪੰਜਾਬ ਸਰਕਾਰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਹਰੇਕ ਤਰੀਕੇ ਨਾਲ ਇੰਤਜ਼ਾਮਾਤ ਕਰਨ ਨੂੰ ਤਿਆਰ ਹੈ, ਔਰ ਸਾਡਾ ਤੁਹਾਡੇ ਰਾਹੀਂ ਇਹੀ ਸਵਾਲ ਹੈ SGPC ਨੂੰ ਕਿ ਤੁਹਾਡੀ ਕੀ ਮਜਬੂਰੀ ਹੈ ਕਿ ਗੁਰਬਾਣੀ ਵਰਗੇ ਇੱਕ ਉਸ ਪਵਿੱਤਰ ਕਾਰਜ ਵਾਸਤੇ ਜਿਹਦੇ ਨਾਲ ਕਰੋੜਾਂ ਦੁਨੀਆ ਨੇ ਪ੍ਰੇਰਣਾ ਲੈਣੀ ਆ, ਜਿਹਦੇ ਪ੍ਰਤੀ ਕਰੋੜਾਂ ਕਰੋੜਾਂ ਲੋਕਾਂ ਦੀ ਸ਼ਰਧਾ ਹੈ, ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ, ਸਰਬ ਸਾਂਝੀ ਵਾਲਤਾ ਦੀ ਗੱਲ ਕਰਦੀ ਆ, ਗੁਰੂ ਦੀ ਬਾਣੀ ਤੋਂ ਪ੍ਰੇਰਣਾ ਲੈ ਕੇ ਹੀ ਲੋਕ ਜਿਹੜਾ ਆਪਣੀ ਜ਼ਿੰਦਗੀ ਨੂੰ ਸਫਲਾ ਬਣਾਉਂਦੇ ਆ,
ਉਹਨੂੰ ਫਿਰ ਇੱਕ ਪਰਿਵਾਰ ਦੇ ਟੀ ਵੀ ਚੈਨਲ ਦੇ ਕਬਜ਼ੇ ਹੇਠਾਂ ਕਿਉਂ ਕਰਨਾ ਚਾਹੁੰਦੇ ਹੋ? ਇਹ ਸਾਡਾ ਸਭ ਤੋਂ ਵੱਡਾ ਸਵਾਲ। ਅਸੀਂ ਫਿਰ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ IGPC ਦੇ ਸਾਰੇ ਪ੍ਰਬੰਧ ਨੂੰ, ਜਿਹੜੇ ਪ੍ਰਬੰਧਕ ਸਤਿਕਾਰਯੋਗ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਕਿ ਅੱਜ ਵੀ ਮੌਕਾ ਆ, ਤੁਸੀਂ ਇਸ ਪੋਲੀਟੀਕਲ ਔਰ ਇਸ ਪਰਿਵਾਰ ਦੀ ਮੋਨੋਪਲੀ 'ਚੋਂ ਬਾਹਰ ਨਿਕਲੋ ਔਰ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਕੰਮ ਕਰੋ। ਇਹੀ ਸਾਡੀ ਬੇਨਤੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਕੋਈ ਸਵਾਲ ਹੋਵੇ ਤਾਂ ਕਰੋ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।